खेती को मान्यता देने के लिए पंजाब सरकार को लखोवाल की सलाह। उनका मानना है कि इसकी वजह से पंजाब सरकार का खाली हुआ खजाना भी भर सकेगा और पंजाब के किसानों की गरीबी भी दूर हो सकेगी। देखो जी, जिहड़े इह सिंथेटिक नशे आए ने, कैमिकल तो बनते ने, उन्हां नाल जिहड़ा वड्डा नशे कर लग जाए उहदी लाइफ जिहड़ी आ 1-2 साल तो वध नहीं हो सकती, 6 महीनों 'च उहदी मौत हो जाती है। इस करके साडी बेनती है बई अफीम दी जां खसखस की खेती जिहड़ी है वह लाओ करनी चाहिए है, क्योंकि उन्होंने सानू दस्या है। असी आख्या भी तुसी खाने हो, वो कहें जे कितने सिर सुर दखे कोई खा लैंदा बजुर्ग, कोई नौजवान नहीं खाता। ये कहिंदे ने जे इत्थे खेती शुरू होगी लोग अफीम खाने लग जाएंगे, असी रोटी वध नहीं खाने लग जाते। ये नशे उन्ना चिर बंद नहीं होने जिन्ना चिर वो दवाई के तौर पर इतने आते। हाँ, जिवें शराब के ठेके आ, इस तरह ही फीम के जां डोडियां के ठेके, खसखस के ठेके होने चाहिए आ, तां कि लोग उत्थों सही चीज़ जिहड़ी आ खरीद सकन ते उह बढ़ सकन। 25,000 मुंडा जेलां दे विच बैठा जिहड़ा 1-1, 2-2 ग्राम ना फड़िया, उन्हां नूं असीं भी इह भी मंग करदे आ उन्हां नूं छड्डिया जावे। देखो, ये डिबेट का विशा है, ये साडे धर्मवीर गांधी जी भी साडे नाल गल की, पार्लीमेंट भी वो उन्होंने ये मुद्दा चुकिया, बिल लिया की गल उन्होंने करी आ, ते कई ये गल मुख्यमंत्री साहब ने खास तौर पर हेल्थ मिनिस्टर साहब ने भी चिट्ठी लिखी आ भी ये उत्ते की हो सकता, किमें हो सकता, उन्होंने ये विचार किया। अज तुम लखोवाल साहब की गल कर रहे हो भी उन्होंने भी गल कही है, ये कोई बेचण वाला धंधा तो नहीं हो सकता भी किसान गरीब अमीर हो जाए भी इतने फीम की खेती करके बेचण लग जाइए, ये नहीं गल। गल तो सिर्फ इस मुद्दे का भी ये जिहड़े ये पुराने नशे ने जिहड़े नशे मैं समझदा जिहदे नाल कोई मौतां नहीं हुंदियां जां डिबेट आए दे उत्ते, मैं अपने वल्लों नहीं कोई भी इहदे उत्ते मौतां नहीं हुंदियां जां पुराने इस नूं सेवन करदे सी, इस नूं वरतदे सी, जिहदे नाल लोक कम करदे सीगे, जिन्हें कदे डैथस नहीं हुईयां, होर मेहनत नाल कम करदे सी जिहड़े भी खांदे सी। बाकियां दी गल नहीं, गल इह आ भी नशा जिहड़ा यूज़ कर रहा सिंथेटिक ड्रग यूज़ कर रहा भी इह किते इस गल चल रही है भी उह सिंथेटिक ड्रग ना हुंदा जे किते उरे भुक्की जां जिहड़े ਇਹ ਫੀਮ ਆ ਜੇ ਹੁੰਦੀ ਤਾਂ ਇਹ ਸਿੰਥੈਟਿਕ ਡਰੱਗ ਜਿਹੜਾ ਬਹੁਤ ਖਤਰਨਾਕ ਆਇਆ ਹੋਇਆ ਨਾ ਹੁੰਦਾ, ਪਰ ਇਹ ਗੱਲਾਂ ਹਜੇ ਚੱਲ ਰਹੀਆਂ, ਅਲੱਗ ਅਲੱਗ ਜਿਹੜੇ ਲੋਕਾਂ ਦੇ ਵਿਚਾਰ ਸਾਹਮਣੇ ਆ ਰਹੇ ਆ, ਪਰ ਇਹ ਗੱਲਾਂ ਗਵਰਨਮੈਂਟ ਲੈਵਲ 'ਤੇ ਸਰਕਾਰ ਲੈਵਲ 'ਤੇ ਇਹਦੀ ਕੀ ਹਜੇ ਸੋਚ ਆ, ਕੀ ਇਹ ਗੱਲ ਚੱਲ ਰਹੀ ਆ, ਉਹ ਹਜੇ ਇਹਦਾ ਫੈਸਲਾ ਕੋਈ ਨਹੀਂ ਹੋਇਆ, ਅਤੇ ਆਪਣੇ ਆਪਣੇ ਜਿਹੜੇ ਵਿਊਜ਼ ਨੇ ਉਹ ਲੋਕ ਦੇ ਰਹੇ ਆ, ਅਤੇ ਸਭ ਤੋਂ ਵੱਡੇ ਸਾਡੇ ਜਿਹੜੇ VC ਨੇ ਜਿਨ੍ਹਾਂ ਨੇ ਆਪਣੀ ਰਿਪੋਰਟ, ਜੌਹਲ ਸਾਹਿਬ ਨੇ, ਉਦੋਂ ਉੱਤੇ ਤਾਂ ਅਸੀਂ ਕੋਈ ਮਾਹਰ ਨਹੀਂ ਸਮਝਦੇ, ਉਹਨਾਂ ਨੇ ਵੀ ਆਪਣੀ ਰਿਪੋਰਟ 'ਚ ਕਿਹਾ ਵੀ ਜ਼ਰੂਰ ਪੋਸਟ ਅਤੇ ਡੋਡਿਆਂ ਦੀ ਜਿਹੜੀ ਖੇਤੀ ਹੋਣੀ ਚਾਹੀਦੀ ਆ, ਅਤੇ ਜਿਹਦੇ ਨਾਲ ਸਾਡੇ ਜਿਹੜੇ ਲੋਕ ਨੇ ਉਹ ਬਚ ਸਕਦੇ। ਇਸ ਕਰਕੇ ਬਹੁਤ ਐਂਗਲ ਨੇ ਜਿਹੜੇ ਉਹ ਸਾਹਮਣੇ ਆ ਰਹੇ ਆ, ਅਤੇ ਦੇਖੋ ਵੀ ਇਸ ਦੇ ਉੱਤੇ ਰਿਜ਼ਲਟ ਕੀ ਨਿਕਲਦਾ ਹੈ, ਪਰ ਇਹ ਇੱਕ ਮੁੱਦਾ ਬਣ ਚੁੱਕਿਆ ਹੈ। ਅਤੇ ਇਹ ਸਾਨੂੰ ਵੀ ਲੋਕਾਂ ਦੇ ਬਹੁਤ ਟੈਲੀਫੋਨ ਆਉਂਦੇ ਆ, ਪਿੰਡਾਂ ਦੇ ਵਿੱਚੋਂ ਆਉਂਦੇ ਆ ਟੈਲੀਫੋਨ ਵੀ ਇਹ ਚੀਜ਼ ਨੂੰ ਗੰਭੀਰਤਾ ਨਾਲ ਸੋਚਣਾ ਚਾਹੀਦਾ, ਅਤੇ ਮੈਂ ਸਮਝਦਾ ਜ਼ਰੂਰ ਲੋਕਾਂ ਨੇ ਅਤੇ ਮਾਹਰਾਂ ਨੇ ਅਤੇ ਲੀਡਰਾਂ ਨੇ ਜ਼ਰੂਰ ਇਸ ਗੱਲ ਉੱਤੇ ਅੱਜ ਇੱਕ ਸੋਚ ਬਣਾਉਣੀ ਜਿਹੜੀ ਸ਼ੁਰੂ ਕੀਤੀ ਆ। ਰਿਜ਼ਲਟ ਜਿਹੜੇ ਆਉਣ ਵਾਲੇ ਦਿਨਾਂ 'ਚ ਆਉਣਗੇ ਉਹ ਦੇਖਦੇ ਹਾਂ, ਕਿਉਂਕਿ ਸੈਂਟੀਫਿਕ ਗੱਲ ਕੀ ਆ, ਡਾਕਟਰਾਂ ਦੀ ਮਾਹਰਾਂ ਦੀ ਗੱਲ ਕੀ ਆ, ਸਰਕਾਰ ਦੀ ਕੀ ਆ, ਇਹ ਗੱਲ ਫਿਰ ਉਹਦਾ ਨਿਚੋੜ ਨਿਕਲੇਗਾ। ਕੱਲ੍ਹ ਅੱਜ ਇਹ ਕਹਿਣਾ ਵੀ ਕੀ ਹੋਣਾ ਚਾਹੀਦਾ ਉਹ ਬੜਾ ਔਖੀ ਅੱਜ ਦੀ ਘੜੀ ਆ, ਪਰ ਇਹ ਜ਼ਰੂਰ ਇੱਕ ਡਿਬੇਟ, ਇਹ ਇੱਕ ਗੱਲ ਜ਼ਰੂਰ ਛਿੜੀ ਆ। ਅਤੇ ਖੇਤੀ ਵੀ ਜਿਹੜੀ ਠੇਕੇ ਵੀ ਖੋਲ੍ਹੇ ਜਾਣਗੇ ਜੀ, ਇਸ ਜੇ ਅਲਾਊਡ ਹੋ ਜਾਂਦੀ ਹੈ ਜੀ? ਕਈ ਤਰ੍ਹਾਂ ਦੇ ਵਿਸ਼ੇ ਨੇ, ਕੋਈ ਕਹਿੰਦੇ ਆ ਵੀ ਕਿਸੇ ਨੂੰ 15-15 ਬੂਟੇ ਲਾਉਣ ਦੀ ਇਜਾਜ਼ਤ ਦੇ ਦਿੱਤੀ ਜਾਵੇ ਘਰ 'ਚ, ਜੇ ਕੋਈ ਨਸ਼ਾ ਨੂੰ ਲੱਗਿਆ ਤਾਂ ਉਹ ਆਪਣੇ 15-20 ਬੂਟੇ ਘਰ 'ਚ ਲਾ ਸਕਦਾ ਹੈ, ਅਤੇ ਆਪਣੇ ਉਹ ਸੇਵਨ ਦੀ ਗੱਲ ਸ਼ੁਰੂ ਕਰ ਲਏ, ਉਹ ਤੋਂ ਕਰ ਲਏ, ਅਤੇ ਸਿੰਥੈਟਿਕ ਡਰੱਗ ਤੋਂ ਪਿੱਛੇ ਹਟ ਜਾਏਗਾ। ਆਹ ਗੱਲ ਨਹੀਂ ਕਿਤੇ ਵੀ, ਇਹ ਗੱਲ ਤਾਂ ਦੇਖੋ ਮੈਂ ਨਹੀਂ ਸਮਝਦਾ ਮੰਨੀ ਜਾ ਸਕਦੀ ਹੈ ਵੀ ਅਸੀਂ ਆਪਣੇ ਉਰੇ ਸੂਬੇ 'ਚ ਖੇਤੀ ਕਰਨ ਲਾ ਦਈਏ ਅਤੇ ਸਾਰੇ ਦੁਨੀਆ ਨੂੰ ਆਪਾਂ ਨਸ਼ਈ ਬਣਾ ਕੇ ਉੱਥੇ ਵਪਾਰ ਕਰਨ ਲੱਗ ਜਾਈਏ, ਇਹ ਨਹੀਂ ਗੱਲ ਹੋ ਸਕਦੀ। ਇਹ ਤਾਂ ਦੁਨੀਆ ਇੰਟਰਨੈਸ਼ਨਲ ਲੈਵਲ 'ਤੇ ਸਾਡਾ ਬਹੁਤ ਵਿਰੋਧ ਹੋਏਗਾ। ਪਰ ਹੈ ਤਾਂ ਇੱਕ ਨਸ਼ਾ ਜਿਹਾ ਜੀ ਜੀ, ਬਿਲਕੁਲ ਮੈਂ ਉਹੀ ਕਹਿ ਰਿਹਾ, ਇਹ ਕਿਵੇਂ ਹੋ ਸਕਦਾ ਵੀ ਅਸੀਂ ਖੇਤੀ ਕਰਨ ਲੱਗ ਜਾਈਏ ਅਤੇ ਕੁਆਂਟਲਾਂ ਟਨਾਂ 'ਚ ਇਹਨੂੰ ਵੇਚਣ ਲੱਗ ਜਾਈਏ, ਇਹ ਗੱਲ ਨਹੀਂ ਹੋ ਸਕਦੀ ਕਦੇ। ਇਹ ਗੱਲ ਇੱਕ ਇਸ਼ੂ ਆ ਵੀ ਹਾਂ, ਡਾਕਟਰੀ ਮਾਹਿਰ ਜਾਂ ਇਲਾਜ ਦੇ ਤੌਰ 'ਤੇ ਜੇ ਕੋਈ ਸਿੰਥੈਟਿਕ ਡਰੱਗ ਨੂੰ ਲੱਗ ਗਿਆ ਤਾਂ ਉਹ ਆਪਣੇ ਥੋੜ੍ਹੇ ਬਹੁਤੇ ਜਿਹੜੇ ਬੂਟੇ ਨੇ ਲਾ ਕੇ ਭੁੱਕੀ ਦੇ ਜਾਂ ਡੋਡਿਆਂ ਦੇ ਉਹ ਆਪਣਾ ਬਚਾਅ ਕਰ ਲਏ, ਪਰ ਇਹ ਨਹੀਂ ਹੋ ਸਕਦਾ ਵੀ ਉਹ ਚੌਲ ਝੋਨੇ ਦੀ ਜਗ੍ਹਾ ਕਿਤੇ ਫੀਮ ਉਗਾਉਣ ਲੱਗ ਜਾਏ। ਨਹੀਂ, ਇਹ ਗੱਲ ਬਿਲਕੁਲ ਸਿਰੇ ਤੋਂ ਮੈਂ ਇਸ ਗੱਲ ਨੂੰ ਨਕਾਰਦਾ, ਇਹ ਗੱਲ ਕਦੇ ਨਾ ਕਹਿਣੀ ਚਾਹੀਦੀ ਹੈ ਨਾ ਹੋਣੀ ਚਾਹੀਦੀ।